ਗੌਰ ਕਰਨੀ ਹੋਵੇ ਤਾਂ ਅਰਵਿੰਦ ਕੇਜਰੀਵਾਲ ਹੋਰੀ ਇੱਕ ਵਾਰ ਫਿਰ ਚਰਚਾ 'ਚ ਆਏ। ਭਾਈ ਚਿੰਤਾ ਨਾ ਕਰੋ, ਇਸ ਵਾਰ ਉਹੀ ਜਿਹੀ ਚਰਚਾ ਨਹੀਂ ਹੈ। ਨਾ ਅੰਬਾਂ ਦੀ ਚਰਚਾ, ਨਾ ਪੂਰੀਆਂ ਦੀ ਚਰਚਾ, ਨਾ ਬੀਪੀ ਵਧਣ ਦੀ, ਨਾ ਸ਼ੂਗਰ ਵਧਣ ਦੀ ਚਰਚਾ। ਮਤਲਬ ਇਹ ਚਰਚਾ ਹੋਰ ਪਹਿਲੂ ਲੈ ਕੇ, ਰਿਸ਼ਵਤ ਨੂੰ ਲੈ ਕੇ। ਈਡੀ ਨੇ ਦਾਅਵਾ ਕੀਤਾ ਅਦਾਲਤ ਦੇ ਵਿੱਚ ਕਿ ਅਰਵਿੰਦ ਕੇਜਰੀਵਾਲ ਨੇ ਇੱਕ ਮਤਲਬ ਦੱਖਣੀ ਖੇਤਰ ਦੇ ਇੱਕ ਸਮੂਹ ਤੋਂ 100 ਕਰੋੜ ਰੁਪਈਏ ਦੀ ਆਪਣੀ ਪਾਰਟੀ ਦੇ ਲਈ, ਆਮ ਆਦਮੀ ਪਾਰਟੀ ਦੇ ਲਈ ਰਿਸ਼ਵਤ ਮੰਗੀ ਹੈ, ਈਡੀ ਨੇ ਦਾਅਵਾ ਕੀਤਾ। ਪਰ ਅਰਵਿੰਦ ਕੇਜਰੀਵਾਲ ਜਦੋਂ 21 ਮਾਰਚ ਨੂੰ ਗ੍ਰਿਫਤਾਰ ਹੁੰਦੇ ਨੇ ਅਤੇ 1 ਅਪ੍ਰੈਲ ਨੂੰ ਤਿਹਾੜ ਜੇਲ੍ਹ ਚਲੇ ਜਾਂਦੇ ਨੇ, 10 ਮਈ ਨੂੰ ਜ਼ਮਾਨਤ ਮਿਲਦੀ ਆ, ਚੋਣ ਪ੍ਰਚਾਰ 'ਚ 21 ਦਿਨ ਰਹਿੰਦੇ ਨੇ, 2 ਜੂਨ ਨੂੰ ਵਾਪਸ ਜਾਂਦੇ ਨੇ, ਪਰ 1 ਅਪ੍ਰੈਲ ਤੋਂ ਲੈ ਕੇ 10 ਮਈ ਤੱਕ ਲਗਭਗ 1 ਮਹੀਨਾ 10 ਕੁ ਦਿਨ ਇਸ ਦੌਰਾਨ ਖੂਬ ਹੋ ਹੱਲਾ ਮੱਚਦਾ ਅਰਵਿੰਦ ਕੇਜਰੀਵਾਲ ਅਤੇ ਉਹਨਾਂ ਦੇ ਪਰਿਵਾਰਕ ਅਤੇ ਉਹਨਾਂ ਦੇ ਰਾਜਨੀਤਿਕ ਸਾਥੀ। ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਖਤਰਾ, ਉਹਨਾਂ ਦੀ ਜਾਨ ਲਈ ਜਾ ਸਕਦੀ ਹੈ, ਉਹਨਾਂ ਨੂੰ ਜਾਣ ਬੁੱਝ ਕੇ ਸਹੀ ਚੀਜ਼ਾਂ ਖਾਣ ਲਈ ਉਪਲਬਧ ਨਹੀਂ ਕਰੀਆਂ ਜਾ ਰਹੀਆਂ, ਹੈ ਉਹਨਾਂ ਨੂੰ ਜਾਣ ਬੁੱਝ ਕੇ ਵੱਧ ਚੀਨੀ ਵਾਲੀ ਚਾਹ ਦਿੱਤੀ ਜਾ ਰਹੀ ਹੈ, ਇਹ ਸਾਰਾ ਕੁਛ ਹੈ। ਇੱਧਰੋਂ ਹਵਾਲਾ ਹੁੰਦਾ, ਦੂਏ ਪਾਸੇ ਉਹ ਈਡੀ ਜੇਲ੍ਹ ਪ੍ਰਸ਼ਾਸਨ ਦਮ ਭਰਦਾ ਕਿ ਅਰਵਿੰਦ ਕੇਜਰੀਵਾਲ ਜਾਣ ਬੁੱਝ ਕੇ ਆਪਣਾ ਵਜਨ ਵਧਾ ਰਹੇ ਨੇ, ਜਾਣ ਬੁੱਝ ਕੇ ਸ਼ੂਗਰ ਵਧਾ ਰਹੇ ਨੇ, ਜਾਣ ਬੁੱਝ ਕੇ ਬੀਪੀ ਵਧਾ ਰਹੇ ਨੇ, ਉਹ ਅੰਬ ਚੂਪ ਰਹੇ ਨੇ ਜੀ, ਉਹ ਪੂਰੀਆਂ ਖਾ ਰਹੇ ਨੇ ਜੀ, ਜਿਹਦੇ ਨਾਲ ਉਹਨਾਂ ਦੀ ਸ਼ੂਗਰ ਬਿਮਾਰੀ ਵਧੇ, ਬੀਪੀ ਵਧੇ। ਹੈਂ ਉੱਧਰ ਉਹ ਕਹਿੰਦੇ ਨਹੀਂ ਜੀ, ਉਹ ਇੰਸੂਲਿਨ ਨਹੀਂ ਲਾਉਣ ਦਿੰਦੇ, ਉਹਨਾਂ ਨੂੰ ਟੀਕਾ ਨਹੀਂ ਉਪਲਬਧ ਕਰਾਉਣ ਦਿੰਦੇ, ਹੈਂ ਵਜਨ ਘੱਟ ਰਿਹਾ ਲਗਾਤਾਰ। ਸੋ ਇਹ ਖੂਬ ਰਾਜਨੀਤੀ ਹੋਈ ਕਿਉਂਕਿ ਬਾਹਰ ਚੋਣਾਂ ਚੱਲ ਰਹੀਆਂ ਸੀ, ਚੋਣਾਂ ਦੀ ਪ੍ਰਕਿਰਿਆ ਚੱਲ ਰਹੀ ਸੀ। ਆਖਿਰ ਫਿਰ ਅਰਵਿੰਦ ਕੇਜਰੀਵਾਲ ਨੂੰ ਚੋਣ ਪ੍ਰਚਾਰ ਲਈ ਜ਼ਮਾਨਤ ਮਿਲ ਗਈ। ਚਲੋ ਜਨਾਬ, 21 ਦਿਨ ਬਾਹਰ ਲਾ ਗਏ, 2 ਜੂਨ ਨੂੰ ਅੰਦਰ ਚਲੇ ਗਏ ਨਤੀਜਿਆਂ ਤੋਂ ਪਹਿਲਾਂ। ਚਲੋ ਅੰਦਰ ਨਤੀਜਿਆਂ ਦੀ ਖਬਰ ਮਿਲ ਗਈ ਕਿ ਆਮ ਆਦਮੀ ਪਾਰਟੀ 3 ਜਿੱਤੀ ਆ ਅਤੇ ਜਿਹੜੇ ਇੰਡੀਆ ਗਠਜੋੜ ਸੀ ਉਹਦੀ ਸਰਕਾਰ ਨਹੀਂ ਬਣੀ ਆ। ਪਰ 2 ਜੂਨ ਤੋਂ ਲੈ ਕੇ ਅੱਜ 20 ਜੂਨ ਤੱਕ ਇਹ 17-18 ਦਿਨਾਂ 'ਚ ਕੋਈ ਖਬਰ ਹੀ ਨਹੀਂ ਆਈ, ਨਾ ਅੰਬ ਚੂਪਣ ਦੀ, ਹੈਂ ਨਾ ਇੰਸੂਲਿਨ ਦੀ, ਨਾ ਪੂਰੀਆਂ ਦੀ, ਨਾ ਵਜਨ ਘਟਣ ਦੀ, ਨਾ ਵਧਣ ਦੀ। ਹਾਂ ਇੰਨਾ ਕੁ ਜ਼ਰੂਰ ਆਇਆ ਕਿ ਅਰਵਿੰਦ ਕੇਜਰੀਵਾਲ ਨੇ ਮੰਗ ਕੀਤੀ ਆ ਕਿ ਮੇਰਾ ਜੇ ਮੈਡੀਕਲ ਹੋਵੇ ਤਾਂ ਮੇਰੀ ਧਰਮ ਪਤਨੀ ਦੀ ਹਾਜ਼ਰੀ 'ਚ ਹੋਵੇ, ਬੇਸ਼ੱਕ ਉਹਨਾਂ ਨੂੰ ਔਨਲਾਈਨ ਲਿੱਤਾ ਜਾਵੇ, ਵੀਡੀਓ ਕਾਨਫਰੰਸਿੰਗ ਰਾਹੀਂ ਨਾਲ ਜੋੜਿਆ ਜਾਵੇ, ਉਹਨਾਂ ਦੀ ਹਾਜ਼ਰੀ 'ਚ ਹੋਵੇ। ਪਰ ਹੁਣ ਇੱਕ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਚੱਲ ਰਹੀ ਆ ਲਗਾਤਾਰ 2 ਦਿਨ, ਕੱਲ੍ਹ ਵੀ ਚੱਲੀ, ਅੱਜ ਵੀ ਚੱਲੀ। ਉਸ ਮਸਲੇ 'ਤੇ ਫੈਸਲਾ ਅਦਾਲਤ ਨੇ ਰਾਖਵਾਂ ਰੱਖ ਲਿਆ, ਦੋਵੇਂ ਧਿਰਾਂ ਦੇ ਵਕੀਲਾਂ ਦੀ ਗੱਲ ਸੁਣ ਲਈ, ਈਡੀ ਵਾਲੇ ਪਾਸਿਓਂ ਵੀ, ਕੇਜਰੀਵਾਲ ਵਾਲੇ ਪਾਸਿਓਂ ਵੀ, ਫੈਸਲਾ ਰਾਖਵਾਂ ਰੱਖ ਲਿਆ। ਪਰ ਇਹ ਸਭ ਦੇ ਦਰਮਿਆਨ ਈਡੀ ਨੇ ਦਮ ਭਰਿਆ ਕਿ ਅਰਵਿੰਦ ਕੇਜਰੀਵਾਲ ਨੇ ਦੱਖਣੀ ਸਮੂਹ ਦੇ ਇੱਕ ਗਰੁੱਪਾਂ ਤੋਂ, ਦੱਖਣੀ ਖੇਤਰ ਦੇ ਕੁਝ ਸਮੂਹਾਂ ਤੋਂ 100 ਕਰੋੜ ਰੁਪਈਏ ਦੀ ਪਾਰਟੀ ਫੰਡ ਦੇ ਨਾਂ 'ਤੇ ਰਿਸ਼ਵਤ ਮੰਗੀ। ਹੁਣ ਉਹ ਕਹਿੰਦੇ ਜੀ ਸਾਡੇ ਕੋਲ ਬੜੇ ਤੱਥ ਨੇ, ਬੜੇ ਸਬੂਤ ਨੇ, ਈਡੀ ਕਹਿੰਦੀ ਅਸੀਂ ਹਵਾ 'ਚ ਗੱਲਾਂ ਨਹੀਂ ਕਰਦੇ। ਪਰ ਕੇਜਰੀਵਾਲ ਉਹਨਾਂ ਦੇ ਵਕੀਲ ਕਹਿੰਦੇ ਸਿਰਫ ਬਿਆਨਬਾਜ਼ੀ ਆ ਜੀ, ਕਿਹਾ ਜਾ ਰਿਹਾ ਕਿ ਰਿਸ਼ਵਤ ਮੰਗੀ ਜੀ, ਅਸੀਂ ਲਈ ਥੋੜ੍ਹਾ ਜੀ। ਈਡੀ ਕਹਿੰਦੀ ਬਈ ਪੁਰਾਣਾ ਸਾਡੇ ਕੋਲ ਹਿਸਾਬ ਕਿਤਾਬ ਪਿਆ ਜੀ ਤੁਹਾਡਾ, ਕਿ ਤੁਸੀਂ ਪੈਸਾ ਇਹ ਗੋਆ ਲਈ ਵਰਤਿਆ ਸੀ ਚੋਣਾਂ ਲਈ, ਇਹ ਉਹਦੇ ਲਈ ਵਰਤਿਆ ਜੀ, ਇਸੇ ਲਈ ਕਹਿੰਦੇ ਫਿਰ ਪਾਰਟੀ ਨੂੰ, ਹੈਂ ਉਹਦੇ ਵਿੱਚ ਪਾਰਟੀ ਬਣਾਇਆ ਗਿਆ, ਕਿਉਂਕਿ ਮਨੀਸ਼ ਸਿਸੋਦੀਆ ਦੇ ਮਾਮਲੇ ਜਦੋਂ ਇਹ ਮੁੱਦਾ ਆਇਆ ਕਿ ਪਾਰਟੀ ਫੰਡ ਲਈ ਇਹ ਪੈਸਾ ਵਰਤਿਆ ਜਾ ਰਿਹਾ ਜੀ, ਸ਼ਰਾਬ ਘੁਟਾਲੇ ਵਾਲਾ ਜੀ, ਉਹ ਤਾਂ ਫਿਰ ਅਦਾਲਤ ਨੇ ਕਿਹਾ ਸੀ ਫਿਰ ਪਾਰਟੀ ਨੂੰ ਪਾਰਟੀ ਕਿਉਂ ਨਹੀਂ ਬਣਾਉਂਦੇ। ਸੋ ਪਾਰਟੀ ਹੁਣ ਕੇਸ 'ਚ ਇਨਵੋਲਵ ਹੈ, ਇਸ ਲਈ ਈਡੀ ਕਹਿੰਦੀ ਫਿਰ ਪਾਰਟੀ ਦਾ ਮੁਖੀ ਤਾਂ ਇਨਵੋਲਵ ਹੋਊਗਾ ਹੀ, ਅਤੇ ਜਦੋਂ ਪਾਰਟੀ ਦੇ ਨਾਂ 'ਤੇ ਰਿਸ਼ਵਤ ਮੰਗੀ ਗਈ, ਕਹਿੰਦੇ ਇਸ ਲਈ ਸੁਪਰੀਮੋ ਤਾਂ ਹੁਣ ਨਾਲ ਘਿਰੂਗਾ ਹੀ। ਅਤੇ ਪਰ ਈਡੀ ਦਮ ਭਰ ਰਹੀ ਹੈ ਕਿ ਕੇਜਰੀਵਾਲ 100 ਕਰੋੜ ਦੀ ਰਿਸ਼ਵਤ ਮੰਗ ਰਿਹਾ ਸੀ, ਅਤੇ ਕੇਜਰੀਵਾਲ ਦੇ ਵਕੀਲ ਕਹਿ ਰਹੇ ਨੇ ਸਿਰਫ ਹਵਾ 'ਚ ਗੱਲ ਹੈ, ਮੰਗਣਾ ਅਤੇ ਰਿਸ਼ਵਤ ਲੈਣਾ ਕਹਿੰਦੇ ਫਰਕ ਹੈ, ਸਾਬਤ ਕਰੋ ਕਿ ਅਸੀਂ ਰਿਸ਼ਵਤ ਲਈ ਹੈ। ਚਲੋ ਜੀ, ਇਹ ਸਭ ਦੇ ਮਾਮਲੇ ਦੇ ਦਰਮਿਆਨ ਲੰਘੇ ਕੱਲ੍ਹ ਅਰਵਿੰਦ ਕੇਜਰੀਵਾਲ ਦੀ ਸਮਾਂ ਹੱਦ ਵੀ ਵੱਧ ਗਈ, ਹੈ ਨਾ, 3 ਜੁਲਾਈ ਤੱਕ ਹੁਣ ਅਜੇ ਜੇਲ੍ਹ 'ਚ ਰਹਿਣਾ ਪੈਣਾ। ਪਰ ਉੱਧਰ
ਪਟੀਸ਼ਨ 'ਤੇ ਜਿਹੜੀ ਜ਼ਮਾਨਤ ਵਾਲੀ ਪਟੀਸ਼ਨ 'ਤੇ ਸੁਣਵਾਈ ਹੈ ਉਸ ਦੇ ਉੱਤੇ ਫੈਸਲਾ ਰੱਖ ਮੈਂ। ਸੋ ਉਹਦੇ ਰੂਪ 'ਚ ਜਦੋਂ ਵੀ ਸਾਹਮਣੇ ਆਉਂਦਾ ਤਾਂ ਨਜ਼ਰ ਰੱਖਾਂਗੇ ਉਹਦੇ 'ਤੇ ਕੀ ਹੁੰਦਾ। ਪਰ ਕਿਤੇ ਨਾ ਕਿਤੇ ਕੇਜਰੀਵਾਲ ਇੱਕ ਵਾਰ ਚਲੋ ਫਿਰ ਇਸ ਬਹਾਨੇ ਸੀ ਮੁੜ ਕੇ ਚਰਚਾ 'ਚ ਤਾਂ ਆ ਗਏ ਨੇ, ਕਿਉਂਕਿ ਨਹੀਂ ਤਾਂ ਹੁਣ ਅੰਬਾਂ ਦੀ ਕਿਤੇ ਚਰਚਾ ਨਹੀਂ ਅਤੇ ਨਾ ਹੀ ਕਿਤੇ ਚਰਚਾ ਹੁਣ ਅੱਜ ਕੱਲ੍ਹ ਪੂਰੀਆਂ ਦੀ ਹੋ ਰਹੀ ਆ। ਪਰ ਅਰਵਿੰਦ ਕੇਜਰੀਵਾਲ ਬਾਹਰ ਆਉਣ ਦੇ ਲਈ ਜ਼ਰੂਰ ਕੋਸ਼ਿਸ਼ਾਂ ਕਰ ਰਹੇ ਨੇ, ਉਹਨਾਂ ਦੀ ਵਕੀਲ ਕੋਸ਼ਿਸ਼ਾਂ ਕਰ ਰਹੇ ਨੇ, ਕਿੰਨੇ ਕਾਬਜ਼ਾ ਹੁੰਦੇ ਨੇ ਇਸ ਪਰ ਨਜ਼ਰ ਰੱਖਾਂਗੇ। ਵੇਖਦੇ ਰਹੋ ਦਾ ਟੀ ਵੀ ਐਨ ਆਰ ਆਈ। ਬਹੁਤ ਬਹੁਤ ਸ਼ੁਕਰੀਆ।